ਤੇ ਆਪਾਂ ਇਹਨੂੰ ਕਰ ਦੇਣਾ ਜੋ ਨੜਤੇ ਫਿੱਟ ਉੱਤੇ ਜਿਹੜੀਆਂ ਟਾਇਰਾਂ ਵਿੱਚ ਨੇ ਉਹ ਆਪਾਂ ਨੇ ਕੱਢ ਦੇਣੀਆਂ ਨੇ ਅੱਜ ਜਿਹੜੀਆਂ ਦੂਸਰੀਆਂ ਨੇ ਉਹਨੂੰ ਆਪਾਂ ਕਿਤੇ ਹੋਰ ਲਾਵਾਂਗੇ ਟਾਇਰਾਂ ਵਿੱਚ ਆਪਾਂ ਲਾਵਾਂਗੇ ਚਮੱਕੇ ਵਾਲੀਆਂ ਲਾਈਟਾਂ ਜਿਵੇਂ ਆਹ ਬੜੇ ਨਟ ਦਿੱਤੇ ਹੋਏ ਨੇ ਬੜਿਆਂ 'ਚ ਇਹਦੇ ਵਿੱਚ ਇੰਨੀ ਸਪੇਸ ਹੈ ਨਹੀਂ ਅਤੇ ਇੱਕ ਛੋਟਾ ਨਟ ਵੀ ਦਿੱਤਾ ਹੋਇਆ ਇੱਥੇ ਆਪਾਂ ਨੂੰ ਕਰ ਦੇਣਾ ਫਿੱਟ ਔਰ ਜਿਹੜੀ ਆਪਣੀ ਦੂਸਰੀ ਕਰੰਟ ਵਾਲੀਆਂ ਤਾਰਾਂ ਜਾਂਦੀਆਂ ਨੇ ਪਿਛਲੇ ਟਾਇਰਾਂ ਨੂੰ ਉਹਦੇ ਵਿੱਚ ਹੀ ਲਾਉਣਾ ਇਹਨੂੰ ਫਿੱਟ ਕਰ ਦੇਣਾ ਇਹਦੇ ਵੀ ਜਲਦੀ ਲਾਵਾਂਗੇ ਅਤੇ ਇੱਕ ਹੋਰ ਸੀਗਾ ਆਪਣੇ ਇਹਦੀ ਆਪਾਂ ਤੁਹਾਨੂੰ ਕੱਲ੍ਹ ਨੂੰ ਵੀਡੀਓ ਪਾਵਾਂਗੇ ਇਹਦੀਆਂ ਜਿਹੜੀਆਂ ਸਵਰਾਜ ਵਾਲੀਆਂ ਪੁਰਾਣੀਆਂ ਉਹ ਛੋਟੀਆਂ ਛੋਟੀਆਂ ਲੱਗੀਆਂ ਨੇ ਲਾਲ ਤੁਹਾਨੂੰ ਦੇਖਦੀਆਂ ਹੋਣਗੀਆਂ ਉਹ ਆਪਾਂ ਕੱਢ ਦੇਣੀਆਂ ਨੇ ਆਹ ਉੱਥੇ ਲਾਉਣੀਆਂ ਨੇ ਛੱਤਰੀ ਦੇ ਅੰਦਰ ਅਤੇ ਵੀ ਤੁਹਾਨੂੰ ਆਪਾਂ ਚਲਾ ਕੇ ਦਿਖਾ ਦਾਂਗੇ ਕਿੱਦਾਂ ਚੱਲਦੀਆਂ ਕੱਲ੍ਹ ਨੂੰ ਵੀਡੀਓ ਜੀ ਆਊਗੀ ਸ਼ਾਮ ਤੱਕ ਅਤੇ ਅੱਜ ਤਾਂ ਆਪਾਂ ਬਸ ਟਾਇਰਾਂ ਵਿੱਚ ਚਮੱਕ ਵਾਲੀਆਂ ਲਾਈਟਾਂ ਲਾਉਣੀਆਂ ਨੇ ਕਿਉਂਕਿ ਉਹਨਾਂ ਦਾ ਚਾਨਣਾ ਵੱਧ ਆ ਦੂਸਰੀ ਜਿਹੜੀ ਆਪਾਂ ਕਹਿੰਦੇ ਹਾਂਜੀ ਲਓ ਜੀ ਆਪਾਂ ਕਰਤਾ ਫਿੱਟ ਆਪਣੇ ਟਾਇਰਾਂ ਦੇ ਵਿੱਚ ਜਿਹੜੀ ਅਤੇ ਤੁਹਾਨੂੰ ਅੱਧਾ ਚਲਾ ਕੇ ਦਿਖਾ ਦਿੰਦੇ ਇੱਕ ਵਾਰ ਕਮਗਰਾਟ ਦੇ ਅੰਦਰ ਵੀ ਪੂਰਾ ਨਾ ਵੀ ਸ਼ਾਈਨ ਕਰਦਾ ਅਤੇ ਟਾਇਰਾਂ ਦੇ ਵਿੱਚ ਵੀ ਥੋੜ੍ਹਾ ਥੋੜ੍ਹਾ ਲੱਗਦਾ ਪਤਾ ਵੀ ਹਾਂ ਵੀ ਐਲ ਈ ਡੀ ਲੱਗੀ ਉਹਦੇ ਵਿੱਚ ਵੈਸੇ ਇੱਥੇ ਲਾਈ ਆਪਾਂ ਅਤੇ ਇਹਨੂੰ ਐਡਜਸਟ ਕਰ ਸਕਦੇ ਹਾਂ ਬੱਤੀ ਦਿੱਤੀ ਇਹਨਾਂ ਨੇ ਨਾਲ ਵੀ ਆਪਾਂ ਮਚੋ ਕੇ ਵੀ ਕਿੱਧਰ ਨੂੰ ਚਲਾਉਣੀ ਹੈ ਵੀ ਜਾਂ ਤਾਂ ਪੂਰੀ ਟਾਇਰਾਂ ਦੇ ਵਿੱਚ ਇਹਨੂੰ ਹੋ ਜੂ ਜਾਂ ਤਾਂ ਫਿਰ ਉੱਪਰ ਪੂਰੀ ਮਗਰਾਟ 'ਤੇ ਨੂੰ ਹੋ ਜੂ ਐਲ ਈ ਡੀ ਬਾਰ ਆਪਣੀ ਅਤੇ ਇੱਦਾਂ ਹੀ ਆਪਣੀ ਅਨਬੋਕਸਿੰਗ ਅਤੇ ਆਪਣੇ ਫਿਟਿੰਗ ਵਾਲੀ ਵੀਡੀਓ ਆਉਂਦੀਆਂ ਰਹਿਣਗੀ ਚੈਨਲ 'ਤੇ ਅਤੇ ਆਹ ਦੇਖ ਸਕਦੇ ਹੋ ਤੁਸੀਂ ਆਪਾਂ ਇੱਦਾਂ ਕਰਤੀ ਫਿੱਟ ਅਤੇ ਇੱਧਰੋਂ ਵੀ ਟਾਇਰ 'ਚੋਂ ਬਾਹਰ ਆਉਂਦੀ ਹੈ ਲਾਈਟ ਪੂਰਾ ਵਧੀਆ ਲੁੱਕ ਦੇ ਰਿਹਾ ਪਹਿਲਾਂ ਵਾਲੀ ਨਾਲੋਂ ਅਤੇ ਜਿਹੜੀ ਆਪਾਂ ਦੂਸਰੀਆਂ ਸੱਪਾਂ ਨੇ ਜਿਹੜੀ ਨੇ ਉਹ ਆਪਾਂ ਤੁਹਾਨੂੰ ਕੱਲ੍ਹ ਨੂੰ ਵੀਡੀਓ ਆ ਜੂਗੀ ਉਹ ਵੀ ਤੁਸੀਂ ਜ਼ਰੂਰ ਦੇਖਿਓ ਸਾਰੇ ਆਪਾਂ ਉਹਨੂੰ ਵੀ ਕੱਲ੍ਹ ਨੂੰ ਕਿਤੇ ਨਾ ਕਿਤੇ ਟਰੈਕਟਰ 'ਤੇ ਫਿੱਟ ਕਰਾਂਗੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਅਤੇ ਇੱਕ ਆਪਾਂ ਹੋਰ ਇੱਕ ਅਨਬੋਕਸਿੰਗ ਲੈ ਕੇ ਆਉਣੀ ਹੈ ਛੋਟੀ ਜਿਹੜੀ ਤੁਹਾਨੂੰ ਕੱਲ੍ਹ ਦਿਖਾਈ ਸੀਗੀ ਪੁਲਿਸ ਵਾਲੀ ਛੋਟੀ ਚਮੱਕੇ ਵਾਲੀਆਂ ਲਾਈਟਾਂ ਉਹ ਵੀ ਆਪਾਂ ਇਹਦੇ ਵਿੱਚ ਛਤਰੀ ਦੇ ਵਿੱਚ ਕੱਲ੍ਹ ਨੂੰ ਫਿੱਟ ਕਰਨੀਆਂ ਨੇ ਹੁੱਡ ਦੇ ਵਿੱਚ ਇਹ ਵੀ ਆਪਾਂ ਇੱਧਰ ਫਿੱਟ ਕੀਤੀ ਇਹਨੂੰ ਕਰੰਟ ਵਗੈਰਾ ਅਰਥ ਵਗੈਰਾ ਉਰੀ ਦੇ ਤਾ ਆਪਾਂ ਅਤੇ ਸਕਦੇ ਹਾਂ ਵੀ ਪੂਰਾ ਅੱਤ ਹੋਇਆ ਪਿਆ ਕੰਮ ਅਤੇ ਬਸ ਇੱਦਾਂ ਹੀ ਸਪੋਰਟ ਕਰਦੇ ਰਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਲੱਗੀ